हाँ जी, किदां सारे, वेलकम अपना न्यू वीडियो ਦੇ ਵਿੱਚ। ਅੱਜ ਨਾ ਆਪਾਂ ਇਹਨੂੰ ਡੈਂਪਿੰਗ ਕਰਾਂਗੇ ਬਕਸੇ ਨੂੰ। ਨੋਰਮਲ ਟਰੈਕਟਰ ਦਾ ਬਕਸਾ ਜੀ ਇਹ, ਤੇ ਇਹਦੇ ਵਿੱਚ ਪ੍ਰੋਬਲਮ ਕੀ ਆ ਰਹੀ ਹੈ ਨਾ, ਜਦੋਂ ਬੇਸ ਵੱਜਦੀ ਹੈ ਨਾ ਇਹ ਡਮ ਡਮ ਕਰਦਾ ਹੈ ਬਕਸਾ, ਖੁਦ ਵੀ ਆਪਣੀ ਚਲੋ ਵੀ ਸਾਊਂਡ ਪ੍ਰੋਡਿਊਸ ਕਰਦਾ ਨੋਇਸ। ਉਹਦੇ ਰਿਲੇਟਡ ਹੁਣ ਜਿਵੇਂ ਅੱਜ ਕੱਲ ਦੇਖੀ ਹੈ ਨਾ, ਜ਼ਿਆਦਾਤਰ ਕੈਮੀਕਲ ਦੇ ਬਕਸੇ ਆ ਰਹੇ ਆ। ਨੋਰਮਲ ਆਪਾਂ ਜਿਹੜੇ ਦੂਜੇ ਕਰਵਾਉਂਦੇ ਆ ਬੋਰਡ ਵਾਲੇ, ਉਹ ਥੋੜ੍ਹੇ ਜਿਹੇ ਕਹਿ ਲਓ ਐਕਸਪੈਂਸਿਵ ਵੀ ਪੈਂਦੇ ਆ, ਅਤੇ ਉਹ ਆਰਡਰ 'ਤੇ ਵੀ ਤਿਆਰ ਕਰਾਉਣੇ ਪੈਂਦੇ ਆ ਪਹਿਲਾਂ। ਨੋਰਮਲ ਰੇਡੀਮੇਡ ਜਿਹੜੇ ਇਹੀ ਆਉਂਦੇ ਆ ਕੈਮੀਕਲ, ਅਤੇ ਬਾਅਦ 'ਚ ਦਿੱਕਤ ਆਉਂਦੀ ਹੈ ਇਹਨਾਂ ਦੀ, ਇਹ ਵਾਈਬ੍ਰੇਸ਼ਨ ਕਰਦੇ ਆ ਹੈ ਨਾ, ਆਪਣਾ ਡਮ ਡਮ ਜੀ ਕਰੀ ਜਾਂਦੇ ਆ। ਉਹਦੇ ਲਈ ਆਪਾਂ ਨਾ ਡੈਂਪਿੰਗ ਕਰਾਂਗੇ ਇਹਦੀ ਫੋਮ ਦੀ, ਅਤੇ ਦੇਖਾਂਗੇ ਹੈ ਨਾ। ਨੀਚੇ ਜਿਹੜਾ ਆਪਾਂ ਅਲੱਗ ਪੀਸ ਮਿਣ ਕੇ ਲਵਾਂਗੇ, ਜਿਹੜਾ ਨੀਚੇ ਵਾਲਾ ਪੀਸ ਹੋਊਗਾ ਇਹ ਹੈਗਾ 11x14 ਦਾ, ਤੁਸੀਂ ਆਪਣੇ ਉਹਦੀ ਅਕੋਰਡਿੰਗ ਲਾ ਲਿਓ। ਨੀਚੇ ਵਾਲਾ ਅਲੱਗ ਪੀਸ ਲੱਗੇਗਾ, ਬਾਕੀ ਚਾਰੇ ਜਿਹੜੇ ਇਹ ਇੱਕ ਦਾ ਹੀ ਲੱਗੇਗਾ। ਇਹਦਾ ਮੈਜ਼ਰਮੈਂਟ ਕਰ ਲਿਓ ਤੁਸੀਂ, ਜਿਵੇਂ ਮੇਰੇ ਵਾਲੇ 'ਚ ਹੈਗਾ ਹੈ ਨਾ 11 ਇੰਚ, 11 ਇੰਚ, 11 11, ਅਤੇ ਉੱਤੇ ਨੂੰ 14 ਇੰਚ, ਹੈ ਨਾ। ਇਹ 44 ਇੰਚ ਦਾ ਆਪਾਂ ਨੇ ਇੱਕ ਪੱਟਾ ਕੱਟ ਲੈਣਾ, 44 ਇੰਚ ਬਾਈ 14 ਇੰਚ ਦਾ। ਉਹਦੇ 'ਚ ਇਹ SR ਵਾਲਾ ਨਾਲ ਲਗਾਊਂਗਾ ਮੈਂ, ਜਾਂ ਤੁਸੀਂ ਫੈਵੀਕੋਲ ਵੀ ਲੈ ਸਕਦੇ ਹੋ। ਉਸ ਤੋਂ ਬਾਅਦ ਆਪਾਂ ਹੈ ਨਾ, ਇਸ ਤੋਂ ਬਾਅਦ ਆਪਾਂ ਸਾਊਂਡ ਵੀ ਚੈੱਕ ਕਰਾਂਗੇ ਕੀ ਇੰਪਰੂਵਮੈਂਟ ਆਈ ਹੈ। ਔਰ ਚਲੋ ਕਰਦੇ ਜੀ ਸ਼ੁਰੂ ਫਿਰ ਆਪਾਂ। ਜਿਵੇਂ ਜਿਹੜੀ ਆ ਫੋਮ ਵਗੈਰਾ ਹੈ ਨਾ, ਇਹ ਨੀਚੇ ਇਹਦੇ ਕਰਕੇ ਹੈ ਨਾ ਪ੍ਰੋਪਰ ਕੱਟ ਲੈਣੀ ਆ। ਇਹ ਉਰੇ ਜਿੱਥੇ ਤੁਹਾਡੀ ਹੈ ਨਾ ਇਹ ਹਵਾ ਨਿਕਲਦੀ ਆ ਇਹਦੀ, ਉਹ ਥੋੜ੍ਹੀ ਜਗ੍ਹਾ ਛੱਡ ਰਹੇ ਹੋ, ਨਾਲ ਨਾਲ ਲਾ ਜਾਵੇ ਇਹਨੂੰ, ਵੀ ਫਿਰ ਤੁਹਾਡੀ ਹਵਾ ਜਿਹੜੀ ਬੰਦ ਹੋ ਜਾਣੀ ਆ ਮੇਰੇ ਵਿੱਚ। ਆ ਦੇਖੋ ਉਰੇ ਨੂੰ ਹਵਾ ਨਿਕਲ ਜਾਂਦੀ ਹੈ ਨਾ, ਥੋੜ੍ਹਾ ਪਿੱਛੇ ਆਪਾਂ ਨੇ 1/2 ਇੰਚ ਪਿੱਛੇ ਕਰਕੇ ਲਾਵਾਂਗੇ। ਬਾਕੀ ਆ ਸਾਰਾ ਆਪਾਂ ਨੇ ਹੈ ਨਾ ਆ ਕੱਟਿਆ ਹੋਇਆ ਆ ਵੀ ਲਗਾ ਸਕਦੇ ਹਾਂ ਨੀਚੇ ਆਪਾਂ, ਜਿਵੇਂ ਹੁਣ ਆ ਪੂਰਾ ਪੂਰਾ ਇਹਦੀ ਕੁਸ਼ਨ ਪੂਰਾ ਪੂਰਾ ਆ ਗਿਆ ਜੀ, ਹੈ ਨਾ। ਯੈਲੋ ਬਟ ਮੈਂ ਆਈ ਥਿੰਕ ਮੈਂ ਪਿੱਛੇ ਉਹ ਯੈਲੋ ਵਾਲਾ ਲਗਾਵਾਂਗਾ, ਇਹ ਇੰਚੀ ਦਾ ਹੋਏਗਾ, ਔਰ ਆਈ ਥਿੰਕ 1/2 ਇੰਚੀ ਦਾ ਹੋਏਗੀ ਮੋਟਾਈ ਫੋਮ ਦੀ। ਇਹ ਫੋਮ ਤੁਹਾਨੂੰ ਕਿਤੋਂ ਵੀ ਮਿਲ ਜਾਏਗੀ, ਮੈਂ ਲੈ ਕੇ ਆਏ ਸੀ ਜਿਹੜੇ ਲੋਕ ਆਪਣੇ ਹੈ ਨਾ ਛੱਤਰੀਆਂ ਬਣਾਉਂਦੇ ਆ, ਸੀਟਾਂ ਸੁੱਟਾਂ ਟਰੈਕਟਰ ਦੀਆਂ ਬਣਾਉਂਦੇ ਆ ਉਹਨਾਂ ਤੋਂ, ਜਾਂ ਫਿਰ ਤੁਹਾਨੂੰ ਇਹ ਫਰਨੀਚਰ ਵਾਲਿਆਂ ਤੋਂ ਵੀ ਮਿਲ ਜਾਏਗੀ। ਚਲੋ ਲਾਉਣ ਤੋਂ ਬਾਅਦ ਆਪਾਂ ਕਰਦੇ ਹਾਂ ਸ਼ੁਰੂ। ਹਾਂਜੀ, ਇਹ ਲੱਗ ਗਈ ਜੀ ਆਪਣੀ ਸਾਈਡ ਵਾਲੀ ਫੋਮ, ਥੋੜ੍ਹਾ ਟੁੱਟਾ ਹੈ ਨਾ, ਇੱਥੋਂ ਕੱਟ ਕੇ ਆਪਾਂ ਬਰਾਬਰ ਹੋਰ ਲਾ ਦਾਂਗੇ। ਆਹ ਨੀਚੇ ਆਪਾਂ ਨੇ ਫਰਾਹੀ ਲਾ ਦਿੱਤਾ ਪਤਲਾ, ਦੂਜਾ ਮੋਟਾ ਸੀ, ਜ਼ਿਆਦਾ ਲੋਟ ਨਹੀਂ ਆਉਂਦਾ ਉਹ। ਹੋ ਗਿਆ ਆਪਣਾ ਪ੍ਰੋਪਰ ਇਹ, ਬਾਕੀ ਉਹ ਥੋਪਾਂ ਜਿਹੜੇ ਹੈ ਨਾ ਹਾਲ ਇਹ ਇੱਥੇ ਕੱਟ ਦਾਂਗੇ ਆਪਾਂ, ਕੱਟਰ ਨੂੰ SR ਲਾ ਕੇ ਐਨ ਵਧੀਆ ਫਿੱਟ ਹੋ ਜਾਣਾ ਨੇ। ਲਿਆਂਦਾ ਆਪਾਂ ਨੇ SR ਮਾਡਲ ਨੰਬਰ, ਇਹ ਆਪਾਂ ਨੂੰ 230 ਰੁਪਈਏ ਦਾ ਪਿਆ ਜੀ। MRP ਹੈਗੀ ਆ 255। ਔਰ ਇੱਕ ਲਿਆਂਦਾ 1 ਇੰਚੀ ਦਾ ਬੁਰਸ ਬਰੱਸ਼, ਇਹਦੇ ਨਾਲ ਆਪਾਂ ਕਰਾਂਗੇ ਓਕੇ ਜੀ। ਬਾਕੀ ਇਹਨੂੰ ਕਰਨ ਤੋਂ ਬਾਅਦ ਘੱਟੋ ਘੱਟ ਹੈ ਨਾ 1 ਜਾਂ 2 ਦਿਨ, 1 ਦਿਨ ਹੈ ਨਾ ਧੁੱਪਾਂ ਜ਼ਰੂਰ ਲਗਵਾਇਓ, ਕਿਉਂਕਿ ਉਹਦੀ ਸਮੈਲ ਬਹੁਤ ਆਉਂਦੀ ਹੈ। ਓਕੇ ਜੀ, ਕਰਦੇ ਆਪਾਂ ਸਟਾਰਟ ਹੈ ਨਾ। ਹਾਂਜੀ, ਆ ਲਓ ਕਰਤੀ ਆਪਾਂ ਨੇ ਹੈ ਨਾ, ਪੂਰੀ ਪੇਸਟਿੰਗ ਹੋ ਗਈ ਇਹਦੀ ਪ੍ਰੋਪਰ, ਹੈ ਨਾ ਪ੍ਰੋਪਰ ਐਨ ਵਧੀਆ ਤਰੀਕੇ ਨਾਲ।
आ पूरा है ना एक लेके उरे तक उरे थोड़ा जा जोड़ पे घट गई सी अपनी आ नीचे जिथे ना अपने उरे जगह छड़ती है। ओके जी ते बाकी आप फिटिंग की वीडियो भी बनावांगे है ना जा इहदे विच ऐड करांगे आप जा अलग तो बनावांगे वीडियो ते बाकी ओके जी थैंक यू दस्यो किदां लग्गिया है ना वधिया लग्गे लाइक कर दिओ नहीं उहदे लग्गिया डिसलाइक कर दिओ कुछ भी है ना कोई भी छोटा सुझाव होया मैनूं कमेंट करके दस दिओ जी ओके जी।